ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬ ਪਲੱਸ ਟੀਵੀ ਤੇ ਅੱਜ ਗੱਲ ਕਰਾਂਗੇ ਦ ਮੋਸਟ ਅਵੇਟਿਡ ਫਿਲਮ ਦੀ, ਯਾਨੀ ਜੱਟ ਐਂਡ ਜੂਲੀਅਰ 3 ਦੀ। ਸੋ ਡੂਮਣੇ ਤੇ ਡੰਗਰ ਦੀ ਜੋੜੀ ਇੱਕ ਵਾਰ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਐਂਟਰਟੇਨ ਕਰਨ ਆ ਰਹੀ ਹੈ। ਇਸ ਫਿਲਮ ਦਾ ਟਾਈਟਲ ਟਰੈਕ ਰਿਲੀਜ਼ ਹੋ ਗਿਆ, ਜੂਲੀਅਟ ਜੱਟ ਦੀ। ਇਸ ਸਪੈਸ਼ਲ ਅਪੀਅਰੈਂਸ ਦੇ ਵਿੱਚ ਭਾਬੀ ਰਣਜੀਤ ਕੌਰ ਨਜ਼ਰ ਆਵੇਗੀ, ਜਿਨ੍ਹਾਂ ਨੂੰ ਤੁਸੀਂ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਪਿਆਰ ਦਿੱਤਾ। ਪ੍ਰੋਡਿਊਸਰਸ ਦੀ ਗੱਲ ਕਰਾਂ ਤਾਂ ਬਲਵਿੰਦਰ ਸਿੰਘ, ਦਿਨੇਸ਼ ਔਲਖ, ਗੁਰਬੀਰ ਸਿੰਘ ਸਿੱਧੂ, ਮਨਮੋਹਨ ਸਿੰਘ ਸਿੱਧੂ ਤੇ ਦਲਜੀਤ ਦੋਸਾਂਝ ਨੇ, ਤੇ ਕੋ ਪ੍ਰੋਡਿਊਸਰਸ ਦਰਸ਼ਨਪਾਲ ਸਿੰਘ ਗਰੇਵਾਲ ਤੇ ਸੰਦੀਪ ਬੰਸਲ ਨੇ। ਟਾਈਟਲ ਟਰੈਕ ਦੀ ਗੱਲ ਕਰੀ ਤਾਂ ਟਾਈਟਲ ਟਰੈਕ ਨੂੰ ਦਲਜੀਤ ਦੋਸਾਂਝ ਦੇ ਵੱਲੋਂ ਗਾਇਆ ਗਿਆ ਤੇ ਮਿਊਜ਼ਿਕ ਬਨੀ ਦੇ ਵੱਲੋਂ ਦਿੱਤਾ ਗਿਆ। ਲਿਰਿਸਿਸ ਤੇ ਕੰਪੋਜ਼ਰ ਦੀ ਗੱਲ ਕਰੀ ਤਾਂ ਜਾਨੀ ਤੇ ਸਾਗਰ ਦੇ ਵੱਲੋਂ ਦਿੱਤਾ ਗਿਆ। ਤੇ ਹੁਣ ਗੱਲ ਕਰਦੇ ਹਾਂ ਫਿਲਮ ਦੀ ਸਟਾਰਕਾਸਟ ਦੀ। ਇਸ ਫਿਲਮ ਦੇ ਵਿੱਚ ਦਲਜੀਤ ਦੋਸਾਂਝ, ਨੀਰੂ ਬਾਜਵਾ, ਜੈਸਮਿਨ ਬਾਜਵਾ, ਰਾਣਾ ਰਣਬੀਰ, ਬੀ ਐਨ ਸ਼ਰਮਾ, ਨਾਸਿਰ ਚੁਨੌਤੀ, ਅਕਰਮ ਉਦਾਸ, ਹਰਦੀਪ ਗਿੱਲ, ਮੋਹਿਨੀ ਤੂਰ ਤੇ ਸੁਖ ਪਿੰਡਿਆਲਾ ਨਜ਼ਰ ਆਉਣਗੇ। ਇਸ ਫਿਲਮ ਨੂੰ ਜਗਦੀਪ ਸਿੱਧੂ ਦੇ ਵੱਲੋਂ ਲਿਖਿਆ ਤੇ ਡਾਇਰੈਕਟ ਕੀਤਾ ਗਿਆ ਤੇ ਫਿਲਮ 27 ਜੂਨ 2024 ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਵੇਗੀ। ਪੰਜਾਬ ਪੁਲਿਸ ਭੰਗੜਾ ਵੀ ਪਾਉਂਦੀ ਹੈ, ਇਹ ਤਾਂ ਫਤਿਹ ਤੇ ਪੂਜਾ ਦੀ ਜੋੜੀ ਨੂੰ ਤੁਸੀਂ ਦੇਖ ਕੇ ਸਮਝ ਹੀ ਗਏ ਹੋਣੇ। ਨੀਰੂ ਬਾਜਵਾ ਤੇ ਦਲਜੀਤ ਦੋਸਾਂਝ ਦੀ ਕੈਮਿਸਟਰੀ ਨੂੰ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਤੇ ਦੋਵਾਂ ਦੇ ਇਸ ਟਾਈਟਲ ਟਰੈਕ ਦੇ ਵਿੱਚ ਭੰਗੜੇ ਨੂੰ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ। ਜੱਟ ਐਂਡ ਜੂਲੀਅਟ ਦੇ ਪਿਛਲੇ ਪਾਰਟਸ ਦੀ ਗੱਲ ਕਰੀ ਤਾਂ ਜੱਟ ਐਂਡ ਜੂਲੀਅਟ ਦਾ ਪਹਿਲਾ ਪਾਰਟ 29 ਜੂਨ 2012 ਨੂੰ ਰਿਲੀਜ਼ ਹੋਇਆ ਸੀ, ਜਿੱਥੇ ਡੰਗਰ ਤੇ ਡੂਮਣੇ ਦੀ ਜੋੜੀ ਨੂੰ ਲੋਕਾਂ ਨੇ ਆਪਣਾ ਬਣਾ ਲਿਆ ਸੀ। ਉਸ ਤੋਂ ਬਾਅਦ ਇੱਕ ਸਾਲ ਬਾਅਦ ਯਾਨੀ 28 ਜੂਨ 2013 ਨੂੰ ਜੱਟ ਐਂਡ ਜੂਲੀਅਟ ਪਾਰਟ 2 ਰਿਲੀਜ਼ ਹੋਇਆ ਸੀ ਤੇ ਹੁਣ ਕਰੀਬ 11 ਸਾਲ ਦੇ ਬਾਅਦ ਪਾਰਟ 3 ਆ ਰਿਹਾ, ਯਾਨੀ ਜੱਟ ਐਂਡ ਜੂਲੀਅਟ 3, ਜੋ ਕਿ 27 ਜੂਨ 2024 ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਵੇਗੀ। ਟਾਈਟਲ ਟਰੈਕ ਦੀ ਗੱਲ ਕਰਾਂ ਤਾਂ ਦਲਜੀਤ ਦੋਸਾਂਝ ਦੀ ਸਿੰਗਿੰਗ ਦੇ ਤਾਂ ਸਾਰੇ ਹੀ ਦੀਵਾਨੇ ਨੇ, ਪਰ ਇਸ ਟਾਈਟਲ ਟਰੈਕ ਦੇ ਵਿੱਚ ਨੀਰੂ ਬਾਜਵਾ ਤੇ ਦਲਜੀਤ ਦੋਸਾਂਝ ਦੀ ਵਾਈਬ ਨੂੰ ਬਹੁਤ ਜ਼ਿਆਦਾ ਪਸੰਦ ਕਰ ਰਹੇ ਨੇ। ਹੁਣ ਦੇਖਣਾ ਇਹ ਹੋਵੇਗਾ ਕਿ 11 ਸਾਲ ਦੇ ਬਾਅਦ ਪੂਜਾ ਤੇ ਫਤਿਹ ਦੀ ਜੋੜੀ ਕੀ ਕਮਾਲ ਕਰਦੇ ਆ। ਇਹ ਤਾਂ ਹੁਣ 27 ਜੂਨ 2024 ਨੂੰ ਹੀ ਪਤਾ ਲੱਗੇਗਾ। ਸੋ ਤੁਹਾਨੂੰ ਸਾਰਿਆਂ ਨੂੰ ਕਿੰਨਾ ਕ ਇੰਤਜ਼ਾਰ ਹੈ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਤੇ ਦੇਖਦੇ ਰਹੋ ਪੰਜਾਬ ਪਲੱਸ ਟੀਵੀ।